ਨਾਮ ਜੀ ਵਾਹਿਗੁਰੂ ਸਾਹਿਬ ਜੀਓ ਸਾਜਨ ਸੰਤ ਕਰੋ ਏ ਕਾਮ ਸਾਰੇ ਜਪਣ ਪਿੱਛੇ ਪਿੱਛੇ ਨਾਮ ਨਾਲ ਇੱਦਾਂ ਆਪਾਂ ਜਿਵੇਂ ਕਰਦੇ ਹੁੰਦੇ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸ਼ੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ ਬਿਸ਼ਰਾਮ ਸਗਲ ਦੁਖ ਕਾ ਹੋਵਤ ਨਾਸ਼ ਨਾਨਕ ਨਾਮ ਜਪੋ ਗੁਣ ਤਾਸ ਨਾਨਕ ਨਾਮ ਜਪੋ ਗੁਣ ਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਜੀ ਚੱਲ ਰਿਹਾ ਇਹ ਸਮਾਂ ਗੁਰੂ ਚਰਨਾਂ ਦੇ ਵਿੱਚ ਬਤੀਤ ਹੋ ਰਿਹਾ ਹੈ। ਇਹ ਜੋ ਪਾਵਨ ਬਚਨ ਆਪ ਨੇ ਸਰਵਨ ਕੀਤੇ ਨੇ ਭਾਗਾਂ ਵਾਲਿਓ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ 20ਵੀਂ ਅਸ਼ਟਪਦੀ ਦੀ ਇਹ 5ਵੀਂ ਪੌੜੀ ਹੈ ਅਤੇ ਅੱਜ ਇਸ 5ਵੀਂ ਪੌੜੀ ਦੇ ਇਹਨਾਂ ਬਚਨਾਂ ਨੂੰ ਸਮਝਣ ਦਾ ਆਪਾਂ ਯਤਨ ਕਰਾਂਗੇ। ਜਦੋਂ ਗੁਰੂ ਅਰਜਨ ਸਾਹਿਬ ਸਤਿਗੁਰੂ ਪਾਤਸ਼ਾਹ ਤੋਂ ਇਹ ਬਚਨ ਆਪਾਂ ਪੁੱਛੀਏ ਵੀ ਸਤਿਗੁਰੂ ਆਪ ਜੀ ਵਾਰ ਵਾਰ ਨਾਮ ਜਪਣ ਦੀ ਸਿਮਰਨ ਦੀ ਗੱਲ ਸਾਨੂੰ ਬਖਸ਼ਿਸ਼ ਕਰਦੇ ਹੋ, ਕਿਰਪਾ ਕਰੋ ਇਹ ਨਾਮ ਸਿਮਰਨ ਕਿਉਂ ਕਰਨਾ ਸਾਨੂੰ ਇਹ ਦੱਸੋ। ਗੁਰਮੁਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾ ਇੱਕ ਚਲੋ ਨੁਕਤਾ ਆਪਾਂ ਸਮਝੀਏ ਪਹਿਲਾਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨਾ ਜਦੋਂ ਕਰਤਾਰਪੁਰ ਦੀ ਧਰਤੀ 'ਤੇ ਵੱਸਦੇ ਹੈ ਅਤੇ ਸਤਿਗੁਰੂ ਪਾਤਸ਼ਾਹ ਦੇ ਕੋਲ ਜਿੱਥੇ ਆਮ ਘਰ ਬਾਰੀ ਸਿੱਖ ਆਉਂਦੇ ਹੈ, ਗ੍ਰਿਸਤੀ ਸਿੱਖ ਆਉਂਦੇ ਹੈ, ਉੱਥੇ ਜਪੀ ਤਪੀ ਸੰਨਿਆਸੀ ਨਾਥ ਜੋਗੀ ਇਹ ਵੀ ਬੜੇ ਆਉਂਦੇ ਹੈ।
ਅਤੇ ਆਮ ਸੰਸਾਰੀ ਗ੍ਰਸਤੀ ਸੱਜਣਾਂ ਦੇ ਵਿੱਚੋਂ ਵੀ ਗੁਰਮੁਖੋ ਵੱਖ ਵੱਖ ਇੱਛਾਵਾਂ ਰੱਖ ਕੇ ਮਨੁੱਖ ਆਉਂਦੇ ਆ। ਇੱਕ ਤਾਂ ਕੁਝ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਇੱਕ ਸਵਾਲ ਕੀਤਾ, ਕਹਿਣ ਲੱਗੇ ਪਾਤਸ਼ਾਹ ਜਦੋਂ ਤੁਹਾਡੇ ਕੋਲ ਕੋਈ ਦੁਨਿਆਵੀ ਸਿੱਖ ਆਉਂਦਾ ਹੈ ਵੀ ਪਾਤਸ਼ਾਹ ਸੁੱਖ ਕਿਵੇਂ ਮਿਲੇਗਾ, ਤੁਸੀਂ ਕਹਿੰਦੇ ਹੋ ਜੀ ਨਾਮ ਜਪਿਆ ਕਰੋ, ਸਿਮਰਨ ਕਰੋ। ਜੇ ਕੋਈ ਤੁਹਾਡੇ ਕੋਲ ਆਉਂਦਾ ਵੀ ਸਤਿਗੁਰੂ ਪਾਤਸ਼ਾਹ ਚਿੰਤਾ ਬਹੁਤ ਹੈ, ਝੋਰਾ ਬਹੁਤ ਹੈ, ਤੁਸੀਂ ਕੀ ਕਹਿੰਦੇ ਹੋ? ਸਿਮਰਨ ਕਰਿਆ ਕਰੋ। ਜੇ ਪਾਤਸ਼ਾਹ ਤੁਹਾਡੇ ਕੋਲ ਕੀ ਆਉਂਦਾ ਮਨੁੱਖ ਵੀ ਡਰ ਲੱਗਦਾ ਮੌਤ ਤੋਂ, ਮਰਨ ਤੋਂ ਡਰ ਲੱਗਦਾ, ਤੁਸੀਂ ਕਹਿੰਦੇ ਹੋ ਸਿਮਰਨ ਕਰਿਆ ਕਰੋ। ਜੇ ਤੁਹਾਡੇ ਕੋਲ ਕੋਈ ਐਸਾ ਸੱਜਣ ਆਉਂਦਾ ਹੈ ਵੀ ਦੁਨੀਆ ਵੀ ਦਾਤਾਂ ਕਿਵੇਂ ਪ੍ਰਾਪਤ ਹੋਣਗੇ, ਤੁਸੀਂ ਕਹਿੰਦੇ ਹੋ ਸਿਮਰਨ ਕਰਿਆ ਕਰੋ। ਪਾਤਸ਼ਾਹ ਸਾਨੂੰ ਇਹ ਦੱਸੋ ਵੀ ਜਦੋਂ ਬਿਮਾਰੀਆਂ ਵੱਖਰੀਆਂ ਵੱਖਰੀਆਂ ਹੋਣ ਫਿਰ ਦਵਾਈ ਵੀ ਵੱਖਰੀ ਵੱਖਰੀ ਹੁੰਦੀ ਹੈ। ਸਿਰ ਦਰਦ ਕਰਦਾ ਹੋਵੇ ਹੋਰ ਹੈ, ਪੇਟ ਦੀ ਬਿਮਾਰੀ ਹੋਵੇ ਹੋਰ ਹੈ, ਪਰ ਇੱਥੇ ਤੁਸੀਂ ਸਾਰੀਆਂ ਦੁੱਖਾਂ ਦੀ ਗੱਲ ਕਰਦੇ ਪਏ ਹੋ ਵੀ ਸਿਮਰਨ ਹੈ। ਪਾਤਸ਼ਾਹ ਕਹਿੰਦੇ ਭਾਈ ਇਹੀ ਤਾਂ ਸਭ ਤੋਂ ਵੱਡੀ ਦਾਤ ਹੈ, ਜਿਹੜਾ ਸਿਮਰਨ ਆ ਨਾ, ਜਿਹੜੀ ਆਮ ਦਵਾਈ ਹੈ, ਆਮ ਦਵਾਈ ਅਤੇ ਪਰਮਾਤਮਾ ਦੇ ਨਾਮ ਔਖਦ ਦੀ ਜਿਹੜੀ ਦਵਾਈ ਹੈ। ਗੁਰਮੁਖੋ ਬਾਣੀ ਦੇ ਅੰਦਰ ਨਾ ਗੁਰੂ ਪਾਤਸ਼ਾਹ ਜੀ ਨੇ ਸਿਮਰਨ ਨੂੰ ਦਵਾਈ ਕਿਹਾ, ਔਸ਼ਧੀ ਕਿਹਾ। ਮੇਰਾ ਵੈਦ ਗੁਰੂ ਗੋਬਿੰਦਾ, ਅਤੇ ਇਹ ਗੋਬਿੰਦਾ ਗੁਰੂ ਕਰਦਾ ਕੀ ਹੈ, ਹਰ ਹਰ ਨਾਮ ਔਖਦ ਮੁੱਖ ਦੇਵ ਹੈ। ਔਖਦ ਕਹਿੰਦੇ ਨੇ ਦਵਾਈ ਨੂੰ, ਇਹ ਨਾਮ ਦੀ ਦਵਾਈ ਸਿਮਰਨ ਦੀ ਦਵਾਈ ਦਿੰਦਾ। ਪਾਤਸ਼ਾਹ ਕਹਿੰਦੇ ਭਾਈ ਸਿੱਖੋ, ਜਿਹੜਾ ਆਮ ਦਵਾਈ ਹੁੰਦੀ ਆ ਨਾ, ਉਹ ਇੱਕ ਰੋਗ ਦੀ ਜਾਂ ਦੋ ਰੋਗਾਂ ਦੀ ਹੁੰਦੀ ਹੈ, ਪਰ ਜਿਹੜਾ ਪਰਮਾਤਮਾ ਦਾ ਸਿਮਰਨ ਆ ਨਾ, ਸਰਬ ਰੋਗ ਕਾ ਔਖਦ ਨਾਮ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਜਿਹੜਾ ਪਰਮਾਤਮਾ ਦਾ ਸਿਮਰਨ ਆ ਨਾ, ਇਹ ਸਾਡੇ ਜਿੰਨੀਆਂ ਮਾਨਸਿਕ ਜਿੰਨੀਆਂ ਆਤਮਕ ਰੋਗ ਨੇ, ਬਿਮਾਰੀਆਂ ਨੇ, ਪਾਤਸ਼ਾਹ ਕਹਿੰਦੇ ਸਾਰਿਆਂ ਦੀ ਦਵਾਈ ਇੱਕੋ ਹੀ ਹੈ, ਪਰਮਾਤਮਾ ਦਾ ਸਿਮਰਨ। ਭਾਵੇਂ ਦੁਨਿਆਵੀ ਚਿੰਤਾ ਹੈ, ਭਾਵੇਂ ਕੋਈ ਦੁਨਿਆਵੀ ਇੱਛਾ ਹੈ, ਮੌਤ ਦਾ ਡਰ ਲੱਗਦਾ, ਪਾਤਸ਼ਾਹ ਕਹਿੰਦੇ ਤਰ੍ਹਾਂ ਤਰ੍ਹਾਂ ਦੀਆਂ ਚਿੰਤਾਵਾਂ ਮਨ ਨੂੰ ਲੱਗੀਆਂ ਹੋਈਆਂ ਨੇ। ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਸਗਲ ਦੁੱਖ ਕਾ ਹੋਵਤ ਨਾਸ਼, ਸਾਰੇ ਦੁੱਖਾਂ ਦਾ ਨਾਸ਼ ਹੋ ਜਾਏਗਾ ਭਾਈ, ਇਸ ਕਰਕੇ ਨਾਨਕ ਨਾਮ ਜਪੋ। ਇਹ ਨਾਨਕ ਉਹ ਪਰਮਾਤਮਾ ਦਾ ਨਾਮ ਜਪ, ਇਹ ਨਾਮ ਜਪੀਏ ਗੁਣਤਾਸ, ਗੁਣਾਂ ਦਾ ਖਜ਼ਾਨਾ ਹੋ ਜਾਈਦਾ ਅਤੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ। ਇਹ ਗੁਰਮੁਖੋ ਅੱਜ ਦੀ ਜੋ ਪਾਵਨ ਪੌੜੀ ਹੈ ਨਾ, ਉਹਦਾ ਕੇਂਦਰੀ ਭਾਵ ਹੈ ਜੋ ਪਾਤਸ਼ਾਹ ਨੇ ਅਖੀਰਲੀ ਪੰਕਤੀ 'ਚ ਕਿਹਾ। ਜਦੋਂ ਅਸੀਂ ਇਸ ਪਾਵਨ ਪਦੇ ਦੀ ਆਰੰਭਤਾ ਕਰਦੇ ਹਾਂ ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ। ਦੋ ਬਚਨ ਕਹੇ ਦੋ ਪੰਕਤੀਆਂ 'ਚ, ਇੱਕ ਬਚਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਤੂੰ ਕਰਨਾ ਕੀ ਹੈ,
ਅਤੇ ਦੂਜਾ ਬਚਨ ਪਾਤਸ਼ਾਹ ਕਹਿੰਦੇ ਛੱਡਣਾ ਕੀ ਹੈ। ਪਹਿਲੀ ਪੰਕਤੀ 'ਚ ਕੀ ਕਿਹਾ? ਕਰਨਾ ਕੀ ਹੈ। ਦੂਜੀ ਪੰਕਤੀ 'ਚ ਕਿਹਾ ਛੱਡਣਾ ਕੀ ਹੈ। ਦੋ ਚੀਜ਼ਾਂ ਦੇਖੋ, ਸਾਜਨ ਸੰਤ ਕਰੋ, ਇਹ ਗੁਰਮੁਖੋ ਸਾਜਨ ਸੰਤ ਬਹੁ ਬਚਨ ਹੈ। ਹੇ ਰੱਬ ਦੇ ਪਿਆਰੇ ਸੰਤ ਜਨੋ, ਹੇ ਭਾਈ ਸੱਜਣੋ, ਕਰੋ ਇਹ ਕਾਮ, ਇਹ ਕੰਮ ਕਰੋ। ਕਿਹੜਾ ਕੰਮ ਕਰੀਏ ਜੀ? ਆਣ ਤਿਆਗ, ਹੋਰ ਸਾਰੇ ਕੰਮਾਂ ਨੂੰ ਛੱਡ ਕੇ ਜਪੋ ਹਰ ਨਾਮ, ਇੱਕ ਹਰੀ ਦਾ ਨਾਮ ਜਪੋ। ਹੁਣ ਗੁਰਮੁਖੋ ਕੰਮ ਕਰਨ ਨੂੰ ਵੀ ਕਿਹਾ ਅਤੇ ਛੱਡਣ ਨੂੰ ਵੀ ਕਿਹਾ। ਆਮ ਤੌਰ 'ਤੇ ਨਾ ਦੋ ਗੱਲਾਂ ਇਹ ਗੁਰੂ ਪਾਤਸ਼ਾਹ ਨੇ ਕਿਉਂ ਕਹੀਆਂ ਸਮਝੋ ਜੀ। ਕਈ ਵਾਰ ਬੰਦਾ ਚੰਗਿਆਈਆਂ ਕਰਦਾ ਪਰ ਬੁਰਾਈਆਂ ਛੱਡਦਾ ਨਹੀਂ, ਇਹ ਹੁੰਦਾ। ਜਿੱਥੇ ਗੁਰੂ ਅਰਜਨ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਸਾਨੂੰ ਇਹ ਸਮਝਾਇਆ ਨਾ, ਤੂੰ ਕਰਨਾ ਕੀ ਹੈ, ਉੱਥੇ ਇਹ ਵੀ ਸਮਝ ਛੱਡਣਾ ਕੀ ਹੈ। ਦੋਨੇ ਗੱਲਾਂ ਨੇ ਕਹੋ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਿਨ ਸੁਭਾਗੋ, ਪਾਤਸ਼ਾਹ ਕਹਿੰਦੀ ਇਹ ਛੱਡ। ਸਾਧੋ ਮਨ ਕਾ ਮਾਨ ਤਿਆਗੋ, ਵਧਿਆ ਤੂੰ ਸਿਮਰਨ ਕੀਤਾ, ਤੂੰ ਨਾਮ ਜਪਿਆ, ਫਿਰ ਅੰਦਰ ਦਾ ਮਾਣ ਅੰਦਰ ਦਾ ਹੰਕਾਰ ਛੱਡਿਆ ਹੀ ਨਹੀਂ, ਗੱਲ ਹੀ ਨਹੀਂ ਬਣਨੀ ਗੁਰਮੁਖੋ। ਬੰਦੇ ਨੂੰ ਇਹ ਨਹੀਂ ਸਮਝ ਕਰਨਾ ਕੀ ਹੈ। ਕਈ ਵਾਰ ਨਾ ਇੱਦਾਂ ਹੁੰਦਾ, ਮੈਂ ਕੀ ਕਰਨਾ ਇਹ ਸਮਝ ਹੁੰਦੀ ਹੈ ਪਰ ਮੈਂ ਛੱਡਣਾ ਕੀ ਹੈ ਇਹਦੀ ਸਮਝ ਨਹੀਂ ਹੁੰਦੀ ਮਨੁੱਖ ਨੂੰ। ਕਈ ਵਾਰ ਚੰਗਿਆਈਆਂ ਕਰੀ ਜਾਂਦਾ ਪਰ ਫਲ ਕਿਉਂ ਨਹੀਂ ਮਿਲਦਾ? ਕਿਉਂਕਿ ਬੁਰਾਈਆਂ ਤਿਆਗਦਾ ਨਹੀਂ ਹੈ। ਜਿਵੇਂ ਉਹ ਪਰਵਾਨਾ ਜੀ ਦੱਸਦੇ ਹੁੰਦੇ ਨੇ ਕਹਾਣੀ, ਉਹ ਕਹਿੰਦੇ ਰਾਤ ਨੂੰ 5-7 ਚੋਰ ਗੁਰਮੁਖ ਉਹਨਾਂ ਨੇ ਚੋਰੀ ਕੀਤੀ, ਇੱਦਾਂ ਚੋਰੀ ਕੀਤੀ, ਪੰਡਾਂ ਸਿਰ ਦੇ ਉੱਤੇ ਰੱਖੀਆਂ, ਨਦੀ ਦੇ ਕਿਨਾਰੇ ਪਹੁੰਚੇ, ਰਾਤ ਦਾ ਹਨੇਰਾ ਸੀ ਕਿਉਂਕਿ ਅਕਸਰ ਬਹੁਤੇ ਚੋਰ ਚੋਰੀਆਂ ਰਾਤ ਨੂੰ ਕਰਦੇ ਆ। ਜਦੋਂ ਉਹ ਰਾਤ ਨੂੰ ਬੇੜੀ ਦੇ ਵਿੱਚ ਬੈਠੇ, ਕਿਸ਼ਤੀ 'ਚ ਬੈਠੇ, ਵੀ ਚੱਪੂ ਤੇਜ਼ੀ ਨਾਲ ਮਾਰੋ ਅਤੇ ਚੱਪੂ ਵੀ ਮਾਰਦੇ ਪਏ ਆ, ਚੱਪੂ ਮਾਰਦਿਆਂ ਮਾਰਦਿਆਂ ਗੁਰਮੁਖੋ ਸਾਰੀ ਰਾਤ ਬਤੀਤ ਹੋ ਗਈ। ਸਵੇਰੇ ਜਦੋਂ ਥੋੜ੍ਹਾ ਜਿਹਾ ਇੱਧਰ ਚਾਨਣ ਹੋਇਆ ਤਾਂ ਕੀ ਦੇਖਦੇ ਨੇ, ਵੀ ਕਿਸ਼ਤੀ ਤਾਂ ਤੁਰੀ ਕੋਈ ਨਹੀਂ, ਉੱਥੇ ਦੀ ਉੱਥੇ ਖੜ੍ਹੀ ਹੈ। ਚੱਪੂ ਤਾਂ ਸਾਰੀ ਰਾਤ ਮਾਰਦਿਆਂ ਹੋ ਗਈ ਪਰ ਕਿਸ਼ਤੀ ਤਾਂ ਉੱਥੇ ਦੀ ਉੱਥੇ ਖੜ੍ਹੀ, ਤੁਰੀ ਤਾਂ ਹੈ ਹੀ ਨਹੀਂ। ਅਤੇ ਪਤਾ ਕੀਤਾ ਵੀ ਕਿਉਂ ਨਹੀਂ ਤੁਰੀ, ਚੱਪੂ ਮਾਰਨ ਤੋਂ ਬਾਅਦ ਵੀ ਕਿਸ਼ਤੀ ਕਿਉਂ ਨਹੀਂ ਤੁਰੀ? ਪਤਾ ਲੱਗਿਆ ਵੀ ਜਿਹੜਾ ਕਿਨਾਰੇ ਉੱਤੇ ਡੰਡਾ ਗੱਡ ਕੇ ਰੱਸਾ ਕਿਸ਼ਤੀ ਦਾ ਬੰਨਿਆ ਹੁੰਦਾ ਨਾ, ਜਦੋਂ ਕਿਸ਼ਤੀ ਵਾਲੇ ਕਿਨਾਰੇ ਦੇ ਉੱਤੇ ਕਿਸ਼ਤੀ ਖੜ੍ਹੀ ਕਰਦੇ ਨੇ ਨਾ, ਉਹ ਇੱਕ ਰੱਸਾ ਗੁਰਮੁਖੋ ਪਾਇਆ ਹੁੰਦਾ, ਉਹਦਾ ਇੱਕ ਜਿਹੜਾ ਹੁੰਦਾ ਉਹ ਡੋਰ ਬੰਨ੍ਹੀ ਹੁੰਦੀ ਹੈ ਕਿਸ਼ਤੀ ਦੇ ਨਾਲ, ਅਤੇ ਦੂਜਾ ਪਾਸਾ ਬੰਨਿਆ ਹੁੰਦਾ ਡੰਡੇ ਦੇ ਨਾਲ, ਵੀ ਇਹ ਕਿਸ਼ਤੀ ਨੂੰ ਡੰਡਾ ਖੋਲ੍ਹਾਂਗੇ ਅਤੇ ਵਿੱਚ ਬੈਠਾਂਗੇ, ਤੋਰਾਂਗੇ, ਕਦੇ ਆਪਣੇ ਆਪ ਹੀ ਨਾ ਪੰਜ ਲਹਿਰਾਂ ਦੇ ਨਾਲ ਕਿਸ਼ਤੀ ਤੁਰ ਜਾਏ। ਉਹ ਬੰਨ੍ਹੀ ਹੁੰਦੀ ਆ ਨਾਲ ਡੰਡੇ ਦੇ, ਉਹ ਸਾਰੀ ਚੱਪੂ ਸਾਰੀ ਰਾਤ ਤਾਂ ਮਾਰਦੇ ਰਹੇ ਪਰ ਇੱਕ ਇੰਚ ਵੀ ਕਿਸ਼ਤੀ ਅੱਗੇ ਨਹੀਂ ਤੁਰੀ, ਕਿਉਂਕਿ ਬੈਠਣ ਤੋਂ ਪਹਿਲਾਂ ਰੱਸਾ ਨਹੀਂ ਖੋਲ੍ਹਿਆ। ਜਦ ਤੱਕ ਗੁਰਮੁਖੋ ਰੱਸਾ ਨਹੀਂ ਨਾ ਖੋਲ੍ਹਾਂਗੇ, ਚੇਤਾ ਰੱਖੋ, ਜੇ ਕਿਸ਼ਤੀ ਚੱਪੂ ਜਿੰਨੇ ਮਰਜ਼ੀ ਮਾਰ ਲਈਏ ਅੱਗੇ ਨਹੀਂ ਇਹਨੇ ਤੁਰਨਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਤੂੰ ਭਾਵੇਂ ਚੰਗੀਆਂ ਚੰਗੀਆਂ ਚੱਪੂ ਜਿੰਨੇ ਮਰਜ਼ੀ ਮਾਰ ਲਵੇਂ,
ਨਿਮਰਤਾ ਦੇ ਚੱਪੂ, ਪਰਮਾਤਮਾ ਦੀ ਸੇਵਾ ਸਿਮਰਨ ਦੇ ਚੱਪੂ ਜਿੰਨੇ ਮਰਜ਼ੀ ਮਾਰ ਲਵੇਂ, ਪਰ ਜੜ ਤੱਕ ਬੁਰਾਈਆਂ ਦਾ, ਬੇਈਮਾਨੀ ਦਾ, ਵਕਾਰਾਂ ਦਾ ਰਸਾ ਨਹੀਂ ਨਾ ਖੋਲਦਾ, ਉਦੋਂ ਤੱਕ ਤੇਰੀ ਇਹ ਜ਼ਿੰਦਗੀ ਨੇ ਅੱਗੇ ਨਹੀਂ ਤੁਰਨਾ। ਇਸ ਕਰਕੇ ਜਿੱਥੇ ਗੁਰਮੁਖੋਂ ਨਾਮ ਦੇ ਚੱਪੂ ਮਾਰਨੇ ਨੇ ਨਾ, ਉੱਥੇ ਵਕਾਰਾਂ, ਪਾਪਾਂ ਅਤੇ ਬੁਰਾਈਆਂ ਦਾ ਰੱਸਾ ਵੀ ਖੋਲ ਦੇਣਾ, ਉਹ ਛੱਡਣੀਆਂ ਨੇ। ਅਸੀਂ ਅੱਜ ਕੱਲ੍ਹ ਬੰਦਾ ਚੰਗਿਆਈਆਂ ਵੀ ਕਰੀ ਜਾਂਦਾ, ਉਹ ਪਿੱਛੇ ਬੁਰਾਈਆਂ ਵੀ ਓਨੀਆਂ ਹੀ ਕਰੀ ਜਾਂਦਾ, ਉਹ ਗੱਲ ਓਨੀ ਕਿ ਉੱਥੇ ਦੀ ਉੱਥੇ ਰਹਿ ਜਾਂਦੀ ਹੈ। ਇੱਕ ਕਦਮ ਪਿੱਛੇ ਨੂੰ ਤੁਰੀਏ, ਇੱਕ ਕਦਮ ਅੱਗੇ ਨੂੰ ਤੁਰ ਲਈਏ, ਪਰਮਕੋ ਉੱਥੇ ਦੀ ਉੱਥੇ ਹੀ ਰਹਾਂਗੇ। ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਅੱਜ ਦੋ ਗੱਲਾਂ ਕਹੀਆਂ ਨੇ। ਪਹਿਲਾ ਬਚਨ ਕਿਹਾ ਤੂੰ ਕਰਨਾ ਕੀ ਹੈ, ਕਹਿਣ ਲੱਗੇ ਪਰਮਾਤਮਾ ਦਾ ਨਾਮ ਜਪਣਾ। ਛੱਡਣਾ ਕੀ ਹੈ, ਕੀ ਨਹੀਂ ਕਰਨਾ, ਕਹਿਣ ਲੱਗੇ ਭਾਈ ਹੋਰ ਕੰਮ, ਆਣ ਤਿਆਗ, ਇਹ ਛੱਡ ਦੇ। ਅੱਛਾ, ਆਣ ਤਿਆਗ ਦਾ ਅਰਥ ਨਾ ਇੱਥੇ ਇਹ ਨਹੀਂ ਹੈ, ਆਣ ਤਿਆਗ ਦਾ ਅਰਥ ਹੁੰਦਾ ਹੋਰ ਕੰਮ ਛੱਡ ਦੇ। ਹੋਰ ਕੰਮਾਂ ਦਾ ਅਰਥ ਇਹ ਨਹੀਂ ਵੀ ਤੂੰ ਕਮਾਈ ਕਰਨੀ ਛੱਡ ਦੇ, ਦੁਕਾਨ ਕਰਨੀ ਛੱਡ ਦੇ, ਇਹਦਾ ਗੁਰਮੁਖੋ ਇਹ ਅਰਥ ਨਹੀਂ ਬਣਦਾ। ਆਣ ਤਿਆਗ ਦਾ ਅਰਥ ਬਣਦਾ ਜਿਹੜੇ ਤੂੰ ਰੱਬ ਨੂੰ ਖੁਸ਼ ਕਰਨ ਦੇ ਲਈ ਹੋਰ ਤਰੀਕੇ ਅਪਣਾ ਰਿਹਾ ਉਹ ਛੱਡ। ਆਣ ਤਿਆਗ ਦਾ ਅਰਥ ਕੀ ਅਰਥ ਬਣੇਗਾ, ਅਵਰ ਤਾਜ ਤੇਰਾ ਕਿਤੇ ਹੈ ਨਾ ਕਾਮ, ਉੱਥੇ ਅਰਥ ਇਹ ਨਹੀਂ ਵੀ ਹੋਰ ਕੋਈ ਵੀ ਕੰਮ ਤੇਰੇ ਕੰਮ ਨਹੀਂ ਆਉਣਾ, ਵੀ ਤੂੰ ਦੁਕਾਨ 'ਤੇ ਬਹਿਣਾ ਵੀ ਛੱਡ ਦੇ, ਤੂੰ ਬੱਚਿਆਂ ਨੂੰ ਪਾਲਣਾ ਵੀ ਛੱਡ ਦੇ, ਤੂੰ ਪੜ੍ਹਾਈ ਕਰਨੀ ਵੀ ਛੱਡ ਦੇ, ਇਹ ਨਹੀਂ ਕਿਹਾ, ਇਹ ਅਵਰਕਾਜ ਨਹੀਂ ਹੈ। ਅਵਰਕਾਜ ਦਾ ਕੀ ਅਰਥ ਬਣਦਾ, ਜਿਹੜੇ ਪਰਮਾਤਮਾ ਨੂੰ ਖੁਸ਼ ਕਰਨ ਲਈ ਤੂੰ ਹੋਰ ਤਰੀਕੇ ਅਪਣਾ ਰਿਹਾ, ਵੀ ਜੋਤਾਂ ਬਾਲ ਲਈਏ, ਤੀਰਥ ਯਾਤਰਾ ਕਰ ਲਈਏ, ਧੂਣੀਆਂ ਬਾਲ ਲਈਏ, ਇੱਦਾਂ ਮੂਰਤੀ ਦੀ ਪੂਜਾ ਕਰ ਲਈਏ, ਕੋਈ ਵਰਤ ਰੱਖ ਲਈਏ, ਪਰਮਾਤਮਾ ਖੁਸ਼ ਹੁੰਦਾ ਇੱਦਾਂ। ਜਿਹੜੇ ਤੂੰ ਹੋਰ ਕੰਮ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਰਦਾ ਭਾਈ, ਉਹ ਸਾਰੇ ਛੱਡ ਕੇ ਇੱਕ ਕੰਮ ਕਰ, ਵੀ ਪਰਮੇਸ਼ਰ ਦਾ ਨਾਮ ਜਪ। ਹੋਰ ਕਰਮ ਕਾਂਡ ਨਹੀਂ ਕਰਨੇ, ਧਰਮ ਦੀ ਦੁਨੀਆ ਦੇ ਅੰਦਰ ਪਰਮਾਤਮਾ ਦਾ ਨਾਮ ਹੀ ਗੁਰਮੁਖੋ ਸਭ ਤੋਂ ਵੱਡਾ ਕਾਰਜ ਹੈ। ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਸਾਜਨ ਸੰਤ, ਹੇ ਸੰਤ ਜਨੋ, ਹੇ ਸੱਜਣ ਪੁਰਸ਼ੋ, ਕਰੋ ਇਹ ਕੰਮ, ਇਹ ਕੰਮ ਕਰੋ। ਕਿਹੜਾ ਕੰਮ ਜੀ? ਆਣ ਤਿਆਗ, ਧਰਮ ਦੀ ਦੁਨੀਆ ਦੇ ਹੋਰ ਸਾਰੇ ਕਾਰਜ ਛੱਡ ਕੇ ਜਪੋ ਹਰ ਨਾਮ, ਇੱਕ ਹਰੀ ਦੇ ਨਾਮ ਨੂੰ ਜਪੋ। ਪੁੱਛਿਆ ਜੀ ਇਹ ਹਰੀ ਦਾ ਨਾਮ ਜਪਾਂਗਾ ਸਾਰੇ, ਮੈਂ ਜੋਤ ਨੂੰ ਬਾਲਣਾ ਛੱਡ ਕੇ, ਮੈਂ ਤੀਰਥ ਯਾਤਰਾ ਛੱਡ ਕੇ, ਮੈਂ ਕਰਮ ਕਾਂਡਾਂ ਨੂੰ ਛੱਡ ਕੇ, ਵਰਤ ਨੇਮਾਂ ਨੂੰ ਛੱਡ ਕੇ, ਮੈਂ ਇੱਕ ਪਰਮੇਸ਼ਰ ਦਾ ਨਾਮ ਹੀ ਜਪਾਂਗਾ ਅਤੇ ਕੀ ਮਿਲੇਗਾ? ਸਿਮਰ 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 ਸੁੱਖ ਪਾਵੋ। ਜੇ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ ਨਾ, ਅਤੇ ਪਾਤਸ਼ਾਹ ਕਹਿੰਦੇ ਭਾਈ ਸਿੱਖਾਂ ਉਸ ਨੂੰ ਸਿਮਰ ਸਿਮਰ ਕੇ ਨਾ ਸੁੱਖ ਪ੍ਰਾਪਤ ਕਰੀਦਾ, ਆਤਮਕ ਆਨੰਦ ਪ੍ਰਾਪਤ ਕਰੀਦਾ ਹੈ। ਆਪ ਜਪੋ ਅਵਰਾ ਨਾਮ ਜਪਾਵੋ, ਆ ਵੀ ਕਰਨਾ ਸਿੱਖ ਨੇ। ਪਾਤਸ਼ਾਹ ਕਹਿੰਦੇ ਆਪ ਜਪੋ, ਆਪ ਜਪਣਾ,
ਅਤੇ ਇਕੱਲਾ ਗੁਰਮੁਖੋ ਆਪ ਜਪ ਕੇ ਨਹੀਂ ਬੈਠਣਾ, ਨਾਲ ਗੁਰੂ ਪਾਤਸ਼ਾਹ ਸਾਡੀ ਸੇਵਾ ਵੀ ਲਾਈ ਹੈ। ਕਿਹੜੀ ਸੇਵਾ ਲਾਈ ਹੈ? ਅਵਰਾ ਨਾਮ ਜਪਾਵੋ, ਇਹ ਹੋਰਾਂ ਨੂੰ ਵੀ ਜਪਾਉਣਾ ਹੈ। ਦੇਖੋ ਨਾ, ਇੱਕ ਸਿਆਣਾ ਗੁਰਮੁਖੋ ਸੱਜਣ ਹੁੰਦਾ ਹੈ। ਪੁਰਾਣੇ ਸਮੇਂ ਨਾ ਜਦੋਂ ਵੀ ਗੁਰਮੁਖੋ ਘਰ 'ਚ ਕੋਈ ਖਾਣ ਵਾਲੀ ਚੀਜ਼ ਲੈ ਕੇ ਆਉਣੀ, ਕੋਈ ਇੱਦਾਂ ਕੋਈ ਵਧੀਆ ਚੀਜ਼ ਘਰ ਵਿੱਚ ਆਉਣੀ, ਅਤੇ ਬਜ਼ੁਰਗ ਮਾਵਾਂ ਬੀਬੀਆਂ ਨੇ ਕਹਿਣਾ ਭਾਈ ਸ਼ਾਮ ਨੂੰ ਨਾ ਸਾਰਾ ਪਰਿਵਾਰ ਇਕੱਠਾ ਹੋਵੇਗਾ, ਉਦੋਂ ਸਾਰੇ ਇਕੱਠੇ ਬੈਠ ਕੇ ਖਾਵਾਂਗੇ। ਇੱਦਾਂ ਹੁੰਦਾ ਸੀ ਗੁਰਮੁਖੋ, ਬੱਚਿਆਂ ਨੂੰ ਇਕੱਠੇ ਬੈਠ ਕੇ, ਕਿਉਂਕਿ ਦੋ ਦੋ ਚਾਰ ਚਾਰ ਪੰਜ ਪੰਜ ਬੱਚੇ ਹੁੰਦੇ ਸਨ, ਉਹਨਾਂ ਕਹਿਣਾ ਸ਼ਾਮ ਨੂੰ ਸਾਰੇ ਇਕੱਠੇ ਹੋਵਾਂਗੇ ਅਤੇ ਇਹ ਚੀਜ਼ ਨਾ ਸਾਰੇ ਇਕੱਠੇ ਵੰਡ ਕੇ ਖਾਵਾਂਗੇ। ਉਹਦੇ ਨਾਲ ਇੱਕ ਤਾਂ ਪਰਿਵਾਰ ਇਕੱਠਾ ਬੈਠਦਾ ਸੀ, ਦੂਜਾ ਬੱਚਿਆਂ ਨੂੰ ਵੰਡ ਕੇ ਖਾਣ ਦੀ ਆਦਤ ਪੈਦਾ ਹੁੰਦੀ ਸੀ। ਗੁਰੂ ਪਾਤਸ਼ਾਹ ਕਹਿੰਦੇ ਭਾਈ ਤੂੰ ਕਿੰਨਾ ਸਿਆਣਾ ਹੈ, ਜਿੱਥੇ ਤੂੰ ਹੋਰ ਚੀਜ਼ਾਂ ਇੱਦਾਂ ਵੰਡ ਕੇ ਛਕਦਾ, ਉੱਥੇ ਪਰਮੇਸ਼ਰ ਦਾ ਨਾਮ ਵੀ ਤੂੰ ਆਪ ਵੀ ਜਪਣਾ ਅਤੇ ਹੋਰਾਂ ਨੂੰ ਵੀ ਜਪਾਉਣਾ। ਆਪ ਜਪੋ ਅਵਰਾ ਨਾਮ ਜਪਾਵੋ, ਤੂੰ ਆਪਣਾ ਬਹੁਤ ਕੁਛ ਲੋਕਾਂ ਨੂੰ ਵੰਡਦਾ, ਆਪਣਾ ਸਮਾਂ ਵੰਡਦਾ ਤੂੰ ਲੋਕਾਂ ਨੂੰ। ਕਈ ਵਾਰ ਤੇਰੇ ਮਨ ਵਿੱਚ ਗੁੱਬ ਗਲਾਂਟ ਬੜੇ ਹੁੰਦੇ ਆ, ਗੱਲਾਂ ਬਣਦਾ ਬੜੀਆਂ ਜੋੜ ਕੇ ਬੈਠਾ ਹੁੰਦਾ। ਪਾਤਸ਼ਾਹ ਕਹਿੰਦੇ ਕਿੱਦਾਂ ਤੂੰ ਆਪਣੇ ਦੁੱਖ ਸੁੱਖ ਦੂਜੇ ਨਾਲ ਸਾਂਝੇ ਕਰਦਾ। ਪਾਤਸ਼ਾਹ ਕਹਿੰਦੇ ਭਾਈ ਨਾਮ ਜਪਣਾ ਵੀ ਸਾਂਝਾ ਕਰਿਆ ਕਰ, ਕਿਉਂਕਿ ਗੁਰਮੁਖੋ ਨਾਮ ਦੀ ਖਾਸੀਅਤ ਹੈ। ਦੇਖੋ ਦੁਨਿਆਵੀ ਖਜ਼ਾਨਾ ਵੀ ਹੁੰਦਾ ਅਤੇ ਨਾਮ ਦਾ ਖਜ਼ਾਨਾ ਵੀ ਹੁੰਦਾ। ਗੁਰਮੁਖੋ ਦੁਨਿਆਵੀ ਧਨ ਹੈ ਨਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਜਿਵੇਂ ਜਿਵੇਂ ਦੁਨਿਆਵੀ ਧਨ ਵੰਡੀਏ ਉਵੇਂ ਉਵੇਂ ਇਹ ਘੱਟਦਾ ਜਾਂਦਾ, ਵੱਧਦਾ ਨਹੀਂ ਹੈ। ਗੁਰਮੁਖੋ ਇੱਕ ਨਾਮ ਦਾ ਖਜ਼ਾਨਾ ਹੈ, ਇੱਕ ਗੁਣਾਂ ਦਾ ਖਜ਼ਾਨਾ ਹੈ, ਇੱਕ ਪਰਮਾਤਮਾ ਵੱਲੋਂ ਬਖਸ਼ੇ ਹੋਏ ਗੁਣ, ਇੱਕ ਵਾਹਿਗੁਰੂ ਵੱਲੋਂ ਬਖਸ਼ਿਆ ਹੋਇਆ ਪਰਮਾਤਮਾ ਦਾ ਸਿਮਰਨ। ਇਹ ਦੋ ਦਾਤਾਂ ਐਸੀਆਂ ਨੇ, ਗੁਰੂ ਪਾਤਸ਼ਾਹ ਕਹਿੰਦੇ ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ, ਬੋਲੋ ਟੋਟ ਨਾ ਆਵੈ, ਇਹ ਵੱਧਦੇ ਜਾਂਦੇ ਹੈ। ਗੁਰਮੁਖੋ ਗਿਆਨ ਹੈ, ਜਿਵੇਂ ਜਿਵੇਂ ਵੰਡੀ ਜਾਵਾਂਗੇ ਵੱਧਦਾ ਹੀ ਜਾਂਦਾ। ਗੁਣ ਨੇ ਰੱਬੀ ਗੁਣ, ਜਿਵੇਂ ਜਿਵੇਂ ਵੰਡਦੇ ਜਾਵਾਂਗੇ ਵੱਧਦੇ ਹੀ ਜਾਂਦੇ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਸਿਮਰਨ ਹੈ, ਜਿਵੇਂ ਜਿਵੇਂ ਵੰਡਦੇ ਜਾਵਾਂਗੇ ਉਵੇਂ ਵੱਧਦਾ ਹੀ ਜਾਣਾ। ਗੁਰਮੁਖੋ ਕਿੰਨਾ ਕਿੰਨਾ ਚੰਗਾ ਹੋਵੇ ਇੱਦਾਂ। ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਸਿੱਖਾ ਤੂੰ ਨਾ ਸਵਰਗ ਲੱਭਣਾ ਨਹੀਂ ਕਿਤੋਂ, ਤੂੰ ਇਸ ਧਰਤੀ ਨੂੰ ਸਵਰਗ ਬਣਾਉਣਾ ਹੈ, ਤੂੰ ਆਪਣੇ ਘਰ ਨੂੰ ਸਵਰਗ ਬਣਾਉਣਾ, ਸੋਹਣਾ ਬਣਾਉਣਾ ਹੈ। ਜਿਵੇਂ ਤੇਰੇ ਘਰ ਦੇ ਵਿੱਚ ਸ਼ਾਮ ਨੂੰ ਸਾਰੇ ਜੀ ਇਕੱਠੇ ਰਲ ਕੇ ਬੈਠ ਕੇ ਗੁਰਮੁਖੋ ਪ੍ਰਸ਼ਾਦਾ ਛਕਦੇ ਹੈ। ਪਾਤਸ਼ਾਹ ਕਹਿੰਦੇ ਕਿੰਨਾ ਚੰਗਾ ਹੋਵੇ ਜੇ ਸੋਦਰ ਦੀ ਬਾਣੀ ਦਾ ਪਾਠ ਵੀ ਰਲ ਕੇ ਪਰਿਵਾਰ ਕਰ ਲਏ। ਗੁਰਮੁਖੋ ਰਾਤ ਨੂੰ ਸੌਣ ਲੱਗੇ ਹੈ, ਸੋਲਾ ਸਾਹਿਬ ਦੀ ਬਾਣੀ ਪਰਿਵਾਰ ਰਲ ਕੇ ਪੜ੍ਹੇ। ਇਹ ਹੈ ਨਾ ਬਾਣੀ ਵੰਡ ਕੇ, ਇੱਦਾਂ ਆਪ ਵੀ ਪੜ੍ਹਨੀ ਹੈ ਹੋਰਾਂ ਨੂੰ ਵੀ ਪੜ੍ਹਾਉਣੀ ਹੈ। ਤਾਂ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਇਹ ਨਾਮ ਹੈ, ਆਪ ਸਿਮਰ 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 ਸੁੱਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ,
ਆਪ ਵੀ ਜਪਣਾ। ਗੁਰੂ ਰਾਮਦਾਸ, ਗੁਰਮੁਖੋ, ਗੁਰੂ ਰਾਮਦਾਸ ਸਾਹਿਬ ਨੂੰ ਕਿਸੇ ਨੇ ਪੁੱਛਿਆ ਸੀ, ਗੁਰੂ ਕਿਆ ਸਿੱਖਾਂ ਨੇ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ, ਸਾਰੇ ਤੁਹਾਡੇ ਚਰਨਾਂ ਦੀ ਧੂੜ ਲੋਚਦੇ ਨੇ, ਤੁਸੀਂ ਵੀ ਤਾਂ ਕਿਸੇ ਦੇ ਚਰਨਾਂ ਦੀ ਧੂੜ ਲੋਚਦੇ ਹੋਵੋਗੇ ਨਾ। ਅਤੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਭਾਈ ਸਿੱਖੋ, ਜਿਹੜਾ ਆਪ ਜਪਦਾ, ਆਪ ਸ਼ਬਦ ਨਾਲ ਜੁੜਿਆ, ਆਪ ਸ਼ਬਦ ਨੂੰ ਪੜ੍ਹਦਾ ਅਤੇ ਹੋਰਾਂ ਨੂੰ ਪੜ੍ਹਾਉਂਦਾ, ਆਪ ਜਪਦਾ ਅਤੇ ਹੋਰਾਂ ਨੂੰ ਜਪਾਉਂਦਾ। ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਮੈਂ ਉਹਨਾਂ ਗੁਰਸਿੱਖਾਂ ਦੇ ਚਰਨ ਧੂੜ ਲੋਚਦਾ, ਜਣ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ। ਦੁਨੀਆਂ ਦੇ ਲੋਕ ਗੁਰਮੁਖੋ ਗੁਰੂ ਰਾਮਦਾਸ ਸਾਹਿਬ ਦੇ ਚਰਨ ਧੂੜ ਲੋਚਦੇ ਨੇ, ਪਰ ਜਿਹੜੇ ਆਪ ਜਪ ਕੇ, ਆਪ ਸਿਮਰ ਕੇ ਹੋਰਾਂ ਨੂੰ ਜਪਾਉਂਦੇ ਨੇ, ਹੋਰਾਂ ਨੂੰ ਸਿਮਰਦੇ ਨੇ, ਗੁਰਮੁਖੋ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ, ਮੈਂ ਉਹਨਾਂ ਦੇ ਚਰਨ ਧੂੜ ਮੈਂ ਲੋਚਦਾ ਹਾਂ। ਜਣ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਔਰਾਂ ਨਾਮ ਜਪਾਵੈ। ਆਪ ਜਪਦਾ ਅਤੇ ਹੋਰਾਂ ਨੂੰ ਜਪਾਉਂਦਾ। ਇਸ ਕਰਕੇ ਪਾਤਸ਼ਾਹ ਕਹਿੰਦੇ, ਭਾਈ ਆਪ ਜਪੋ ਅਵਰਾ ਨਾਮ ਜਪਾਵੋ, ਭਗਤ ਪਾਏ ਤਰੀਐ ਸੰਸਾਰ। ਭਗਤ ਦੇ ਕੋਲ ਤੱਤੋ ਲੱਗੀ ਹੈ ਸਿਆਰੀ ਭਗਤੀ, ਅਤੇ ਭਾਈ ਦਾ ਅਰਥ ਹੈ ਪਿਆਰ ਨਾਲ। ਜੇ ਭਾਈ ਪਰਮਾਤਮਾ ਦੀ ਭਗਤੀ ਨਾਲ ਤੇਰਾ ਪਿਆਰ ਪੈਦਾ ਹੋਵੇਗਾ ਨਾ, ਤਰੀਐ ਸੰਸਾਰ, ਅਤੇ ਪਰਮਾਤਮਾ ਦੀ ਭਗਤੀ ਨਾਲ ਪਿਆਰ ਕੀਤਿਆਂ ਇਹ ਸੰਸਾਰ ਤੋਂ ਤਰ ਜਾਈਦਾ ਹੈ, ਵਿਕਾਰਾਂ ਤੋਂ ਉੱਪਰ ਹੋ ਜਾਈਦਾ ਹੈ। ਬਿਨ ਭਗਤੀ ਤਨ ਹੋਸੀ ਸ਼ਾਰ, ਸ਼ਾਰ ਕਹਿੰਦੇ ਨੇ ਸਵਾਹ ਨੂੰ। ਭਗਤੀ ਤੋਂ ਬਿਨਾਂ ਇਹ ਸਰੀਰ ਮਾਨੋ ਇੱਕ ਸਵਾਹ ਦੀ ਤਰ੍ਹਾਂ ਹੈ। ਬਿਨ ਭਗਤੀ ਤਨ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਇਹ ਸਰੀਰ ਹੋਸੀ ਸ਼ਾਰ, ਕਹਿਣ ਲੱਗੇ ਸਵਾਹ ਹੋ ਜਾਂਦਾ ਹੈ। ਭਾਵ ਗੁਰਮੁਖੋ ਸਵਾਹ ਦਾ ਕੀ ਅਰਥ ਹੈ? ਵੀ ਕਿਸੇ ਕੰਮ ਦਾ ਨਹੀਂ, ਇਹਦਾ ਅਰਥ ਹੀ ਬਣੇਗਾ ਕਿਸੇ ਕੰਮ ਦਾ ਨਹੀਂ। ਸਰੀਰ ਕੰਮ ਦਾ ਤਾਂ ਹੈ ਜੇ ਇਹਦੇ ਨਾਲ ਸਭ ਤੋਂ ਸ੍ਰੇਸ਼ਟ ਕਰਮ ਤੂੰ ਪਰਮਾਤਮਾ ਦਾ ਸਿਮਰਨ ਕਰਦਾ ਹੈ। ਇਹ ਮਨੁੱਖਾ ਸਰੀਰ ਹੋਣ ਦਾ ਗੁਰਮੁਖੋ ਸਭ ਤੋਂ ਵੱਡਾ ਗੁਣ ਹੈ। ਮਨੁੱਖਾ ਸਰੀਰ ਦਾ ਇਹ ਕਹਿ ਲਓ ਸਭ ਤੋਂ ਵੱਡਾ ਫਰਜ਼ ਇਹ ਹੈ ਕਿ ਉਹ ਜਗਤ ਨੂੰ ਜੀਵਨ ਦੇਣ ਵਾਲੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇ। ਆਪਾਂ ਭਾਗਾਂ ਵਾਲਿਓ 12 ਮਾਹ ਦੀ ਬਾਣੀ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ। ਹਾੜ੍ਹ ਦਾ ਮਹੀਨਾ ਨਾ ਸਭ ਤੋਂ ਗਰਮ ਮਹੀਨਾ ਮੰਨਿਆ ਜਾਂਦਾ ਹੈ 12 ਮਹੀਨਿਆਂ ਦੇ ਵਿੱਚ। ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਬਾਹਰ ਤਾਂ ਗਰਮੀ ਹੁੰਦੀ ਹੈ, ਤਪਸ਼ ਬਾਹਰ ਤਾਂ ਹੁੰਦੀ ਹੈ ਕਿਉਂਕਿ ਬਾਹਰ ਦਾ ਮੌਸਮ ਹੈ। ਇਹ ਭਾਈ ਤਪਸ਼ ਆਪਣੇ ਆਪ ਆਈ ਹੈ, ਮੌਸਮ ਦੇ ਹਿਸਾਬ ਨਾਲ ਆਪਣੇ ਆਪ ਚਲੀ ਜਾਣੀ ਹੈ। ਪਰ ਪਾਤਸ਼ਾਹ ਕਹਿੰਦੇ, ਕਈ ਐਸੇ ਨੇ ਜਿਹੜੇ ਅੰਦਰ ਤੋਂ 12 ਮਹੀਨੇ ਤਪਦੇ ਰਹਿੰਦੇ ਹੈ। ਇੱਕ ਤਾਂ ਨਾ ਗੁਰਮੁਖ ਸਰੀਰ ਤਪਦਾ ਬਾਹਰ ਦਾ, 4 ਮਹੀਨੇ 5 ਮਹੀਨੇ ਗਰਮੀ ਹੁੰਦੀ ਹੈ ਤਪਦਾ। ਪਾਤਸ਼ਾਹ ਕਹਿੰਦੇ ਕਈ ਐਸੇ ਨੇ ਜਿਹੜੇ 12 ਮਹੀਨੇ 30 ਦਿਨ ਅੰਦਰ ਤੋਂ ਤਪਦੇ ਹੀ ਹੈ ਗੁਰਮੁਖੋ, ਭਾਵੇਂ
ਪੋਹ ਆ ਜੇ, ਮਾਘ ਆ ਜੇ, ਤਪਦੇ ਹੀ ਹੈ ਅੰਦਰ ਤੋਂ। ਉਹ ਕੌਣ ਨੇ? ਅਸਾੜ ਤਪੰਦਾ ਤਿਸ ਲੱਗੈ ਹਰ ਨਾਹਾ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜਿਹੜੇ ਜਗਤ ਨੂੰ ਜੀਵਨ ਦੇਣ ਵਾਲੇ ਇੱਕ ਪੁਰਖ ਨੂੰ ਛੱਡ ਕੇ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਕਿਸੇ ਬੰਦੇ ਉੱਤੇ ਆਸ ਰੱਖ ਕੇ ਬੈਠੇ ਹੈ। ਅਤੇ ਜਿਨ੍ਹਾਂ ਕੋਲੇ ਹਰ ਨਾਹਾ ਨਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲੇ ਹਰੀ ਪਰਮੇਸ਼ਰ ਦਾ ਨਾਮ ਨਹੀਂ ਹੈ, ਪਾਤਸ਼ਾਹ ਕਹਿੰਦੇ ਛੱਡੋ ਪਰੇ ਅਸਾੜ ਨੂੰ। ਉਹ ਤਾਂ ਪਾਤਸ਼ਾਹ ਕਹਿੰਦੇ 12 ਮਹੀਨੇ 30 ਦਿਨ ਹੀ ਤਪਦੇ ਹੈ। ਇਸ ਕਰਕੇ ਦੋਏ ਭਾਏ ਵਿਗੂਚੀ ਹੈ ਗੱਲ ਪਈ ਇਸ ਜਮਕੀ ਫਾਸ। ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਨਾਲ ਜੁੜ ਜਾਈਏ, ਪਾਤਸ਼ਾਹ ਕਹਿੰਦੇ ਭਾਈ ਫਿਰ ਇਹ ਜਮਾਂ ਅਤੇ ਵਿਕਾਰਾਂ ਦੀਆਂ ਫਾਹੀਆਂ ਪੈ ਜਾਂਦੀਆਂ ਨੇ ਗੁਰਮੁਖੋ ਜ਼ਿੰਦਗੀ ਨੂੰ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਬਿਨ ਭਗਤੀ ਤਨ ਹੋਸ਼ੀ ਸ਼ਾਰ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਇਹ ਤਨ ਸਵਾਹ ਹੈ ਭਾਈ, ਕਿਸੇ ਕੰਮ ਦਾ ਨਹੀਂ ਹੈ। ਸਰਬ ਕਲਿਆਣ ਸੁਖ ਨਿਧ ਨਾਮ। ਕਲਿਆਣ ਖੁਸ਼ੀਆਂ, ਸੁਖ ਸੁੱਖ, ਪਾਤਸ਼ਾਹ ਕਹਿੰਦੇ ਭਾਈ ਸਾਰੀਆਂ ਹੀ ਖੁਸ਼ੀਆਂ, ਸਾਰੇ ਸੁੱਖ, ਸਾਰੇ ਖਜ਼ਾਨੇ ਨਿਧ ਨਾਮ ਪਰਮੇਸ਼ਰ ਦੇ ਨਾਮ ਦੇ ਵਿੱਚ ਹਨ। ਬੂਢਤ ਜਾਤ, ਜਿਹੜੇ ਡੁੱਬਦੇ ਜਾਂਦੇ ਨੇ। ਬੂਢਤ ਜਾਤ ਦਾ ਕੀ ਅਰਥ ਹੈ? ਡੁੱਬਦੇ ਜਾਂਦੇ। ਪਾਏ ਵਿਸ਼ਰਾਮ, ਵਿਸ਼ਰਾਮ ਕਹਿੰਦੇ ਟਕਾ, ਕਹਿਣ ਲੱਗੇ ਉਹਨਾਂ ਨੂੰ ਟਕਾ ਪ੍ਰਾਪਤ ਹੋ ਜਾਂਦਾ ਹੈ। ਜਿਹੜੇ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਹੰਕਾਰ ਦੇ ਵਿੱਚ ਜਿਹੜੇ ਮਨੁੱਖ ਡੁੱਬਦੇ ਜਾ ਰਹੇ ਨੇ, ਪਾਏ ਵਿਸ਼ਰਾਮ ਨਾਮ ਜਪਣ ਦੇ ਨਾਲ ਉਹਨਾਂ ਨੂੰ ਗੁਰਮੁਖੋਂ ਵਿਸ਼ਰਾਮ ਮਿਲ ਜਾਂਦਾ, ਉਹਨਾਂ ਦੀ ਆਤਮਾ ਨੂੰ ਟਕਾ ਆ ਜਾਂਦਾ ਹੈ ਜੇ ਕੋਈ ਨਾਮ ਜਪ ਲਵੇ ਤਾਂ। ਜਿਵੇਂ ਗੁਰੂ ਪਾਤਸ਼ਾਹ ਦੀ ਬਾਣੀ ਨੇ ਕਿਹਾ ਨਾ, ਲੋਭ ਲਹਿਰ ਅਤ ਨਿਜਰ ਬਾਜੈ ਕਾਇਆ ਡੁੱਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੇ ਮੋਕੋ ਬਾਪ ਬੀਠਲਾ। ਹੇ ਵਾਹਿਗੁਰੂ, ਲੋਭ ਦੀਆਂ, ਲਾਲਚ ਦੀਆਂ, ਹਉਮੈ ਦੀਆਂ, ਹੰਕਾਰ ਦੀਆਂ, ਕਾਮ ਦੀਆਂ, ਕ੍ਰੋਧ ਦੀਆਂ ਲਹਿਰਾਂ ਦੇ ਵਿੱਚ ਇਹ ਮੇਰੀ ਆਤਮਾ ਡੁੱਬ ਰਹੀ ਹੈ, ਰੋਜ਼ ਡੁੱਬ ਰਹੀ ਹੈ, ਦਿਨ ਦਿਨ ਡੁੱਬ ਰਹੀ ਹੈ। ਗੁਰਮੁਖ ਪਾਤਸ਼ਾਹ ਕਹਿੰਦੇ ਇਹਨਾਂ ਇਹ ਵਿਕਾਰਾਂ ਪਾਪਾਂ ਦੀਆਂ ਲਹਿਰਾਂ ਵਿੱਚੋਂ ਕਿਵੇਂ ਬਚਾਂਗਾ? ਕੇਵਲ ਇੱਕ ਪਰਮੇਸ਼ਰ ਦੇ ਨਾਮ ਦੇ ਨਾਲ। ਬੂਢਤ ਜਾਤ, ਜਿਹੜੇ ਵਿਕਾਰਾਂ ਪਾਪਾਂ 'ਚ ਡੁੱਬਦੇ ਜਾਂਦੇ ਹਨ, ਪਾਏ ਵਿਸ਼ਰਾਮ, ਉਹਨਾਂ ਨੂੰ ਵਿਸ਼ਰਾਮ ਟਕਾ ਪ੍ਰਾਪਤ ਹੁੰਦਾ ਹੈ। ਅਖੀਰ 'ਤੇ ਕਹਿੰਦੇ ਸਗਲ ਦੁੱਖ ਕਾ ਹੋਵਤ ਨਾਸ਼। ਇਹ ਭਾਈ ਪਰਮਾਤਮਾ ਦਾ ਸਿਮਰਨ ਕਰ, ਇਹਦੇ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਜਿਹਨੇ ਤੇਰੀ ਆਤਮਾ ਨੂੰ, ਤੇਰੇ ਮਨ ਨੂੰ ਸੰਸਾਰ, ਝੋਰੇ, ਚਿੰਤਾਵਾਂ, ਲੋਭ, ਹੰਕਾਰ, ਜਿੰਨਾ ਕੁਛ ਵੀ ਲੱਗਿਆ ਹੋਇਆ, ਇਹ ਸਾਰੇ ਦੁੱਖਾਂ ਦਾ ਨਾਸ਼ ਹੋ ਜਾਏਗਾ,
ਜਿਵੇਂ ਜਿਵੇਂ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ, ਇੱਕ ਓਂਕਾਰ ਵਿੱਚ ਮਨ ਇਕਾਗਰ ਕਰੇਗਾ, ਜਿਵੇਂ ਆਪਣੀ ਸੁਰਤ ਨੂੰ ਉਸ ਪਰਮਾਤਮਾ ਦੇ ਨਾਲ ਜੋੜੇਗਾ, ਸਾਰੇ ਹੀ ਦੁੱਖਾਂ ਦਾ ਨਾਸ਼ ਹੋ ਜਾਏਗਾ। ਗੁਰਮੁਖੋਂ ਡਿੱਗਿਆ ਸੀ ਨਾ ਕੋਲਾ ਇੱਦਾਂ ਅੱਗ ਦੇ ਵਿੱਚੋਂ ਅਤੇ ਕਾਲਾ ਹੋ ਗਿਆ ਸੀ, ਅਤੇ ਭਾਈ ਵੀਰ ਸਿੰਘ ਕਹਿਣ ਲੱਗੇ ਮੈਂ ਯਤਨ ਕੀਤਾ ਵੀ ਉਸ ਕੋਲੇ ਦੀ ਕਾਲਖ ਨੂੰ ਦੂਰ ਕਰਕੇ ਦੁਬਾਰਾ ਲਾਲ ਕਰਦਿਆਂ ਉਹਦੀ ਕਾਲਖ ਮਿਟ ਜਾਈ। ਕਹਿਣ ਲੱਗੇ ਸਾਬਣ ਲਾ ਕੇ ਧੋਤਾ, ਦੁੱਧ ਵਿੱਚ ਡਬੋਇਆ, ਕਦੇ ਕੁਛ ਕਰਾਂ ਕਦੇ ਕੁਛ ਕਰਾਂ, ਪਰ ਕਾਲਾ ਜਿਹੜਾ ਹੋਇਆ ਕੋਲਾ ਨਾ ਉਹ ਦੁਬਾਰਾ ਉਹਦੀ ਕਾਲਖ ਦੂਰ ਨਹੀਂ ਹੋਈ। ਅਤੇ ਮੈਂ ਆਪਣੀ ਮਾਂ ਕੋਲੋਂ ਜਾ ਕੇ ਪੁੱਛਿਆ, ਮਾਂ ਇਹ ਲਾਲ ਕੋਲਾ ਸੀ ਚੁੱਲ੍ਹੇ 'ਚ, ਮੈਂ ਵੇਖਿਆ ਲਾਲ ਸੀ, ਹੁਣ ਕਾਲਾ ਹੋ ਗਿਆ, ਇਹ ਦੁਬਾਰਾ ਲਾਲ ਕਿਵੇਂ ਹੋਵੇਗਾ? ਮੈਂ ਤਾਂ ਬੜੇ ਯਤਨ ਕੀਤੇ। ਅਤੇ ਮਾਂ ਨੇ ਕਿਹਾ ਸੀ, ਪੁੱਤ ਕੁਛ ਕਰਨ ਦੀ ਲੋੜ ਨਹੀਂ ਹੈ, ਬਸ ਜਿੱਥੋਂ ਇਹ ਟੁੱਟਿਆ ਨਾ ਉੱਥੇ ਉੱਥੇ ਸੁੱਟ ਦੇ ਦੁਬਾਰਾ, ਜਿਹੜੀ ਅੱਗ ਤੋਂ ਇਹ ਪਾਸੇ ਹੋਇਆ ਨਾ ਜਾ ਕੇ ਉਸ ਅੱਗ ਵਿੱਚ ਇਹਨੂੰ ਫਿਰ ਸੁੱਟ ਦੇ, ਕੁਝ ਸਮੇਂ ਬਾਅਦ ਇਹਨੇ ਫਿਰ ਦੁਬਾਰਾ ਲਾਲ ਹੋ ਜਾਣਾ ਹੈ। ਬਸ ਇੰਨੀ ਹੈ ਗੱਲ ਗੁਰਮੁਖ। ਇਹ ਇਨਸਾਨ ਵਿਕਾਰਾਂ ਪਾਪਾਂ 'ਚ ਕਾਲਾ ਕਿਉਂ ਹੋਇਆ ਪਿਆ? ਕਿਉਂਕਿ ਆਪਣੇ ਧੁਰ ਤੋਂ ਇੱਕ ਓਅੰਕਾਰ ਤੋਂ ਦੂਰ ਹੋ ਗਿਆ। ਅਤੇ ਜੇ ਭਾਗਾਂ ਵਾਲੇ ਉਹ ਦੁਬਾਰਾ ਉਸ ਪਰਮੇਸ਼ਰ ਦੇ ਨਾਲ ਸੁਰਤ ਫਿਰ ਜੁੜ ਜਾਏਗੀ ਅਤੇ ਫਿਰ ਇਹਨੇ ਇਹ ਜ਼ਿੰਦਗੀ ਨੇ ਸੁੱਖਾਂ ਵਾਲੇ ਪਾਸੇ ਹੋ ਜਾਣਾ, ਲਾਲੋ ਲਾਲ ਹੋ ਜਾਣੀ ਹੈ ਜ਼ਿੰਦਗੀ ਸੁੱਖਾਂ ਅਤੇ ਆਨੰਦ ਦੇ ਵਿੱਚ। ਭਾਈ ਵੀਰ ਸਿੰਘ ਕਹਿਣ ਲੱਗੇ, ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਰੰਗ ਚਾੜ ਸੀ ਖੁੰਬ ਚਾੜ ਕੇ ਚਾ ਰੰਗਣ ਰੰਗਣਾ ਉਸ ਵਟਾਇਆ। ਕਿਉਂ? ਕਿਉਂਕਿ ਜਿਹੜੀ ਮੈਲ ਲੱਗੀ ਹੈ ਉਹ ਬਿਣ ਧੋ ਬਿਣ ਮਿਲਿਆ ਨਹੀਂ ਲੈਂਦੀ, ਅੰਗ ਅੱਗ ਨਾਲ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ, ਜਿੱਥੋਂ ਵਿਛੜਿਆ ਉੱਥੇ ਡਿੱਗ ਪਵੇ ਦੁਬਾਰਾ, ਫਿਰ ਇਹਨੇ ਲਾਲ ਹੋ ਜਾਣਾ, ਇਹਦੇ ਦੁੱਖ ਦੂਰ ਹੋ ਜਾਣੇ ਨੇ। ਪਾਤਸ਼ਾਹ ਕਹਿੰਦੇ, ਭਾਈ ਤੇਰੀ ਟੁੱਟੀ ਹੈ ਸੁਰਤ ਤਾਂ ਤੂੰ ਦੁੱਖ ਭੋਗ ਰਿਹਾ, ਟੁੱਟਿਆ ਤੇਰਾ ਮਨ ਮੂਲ ਦੇ ਨਾਲੋਂ ਤਾਂ ਦੁੱਖ ਭੋਗ ਰਿਹਾ। ਸਗਲ ਦੁੱਖ ਕਾ ਹੋਵਤ ਨਾਸ਼ ਕਦੋਂ? ਨਾਨਕ ਨਾਮ ਜਪੋ। ਹੇ ਨਾਨਕ, ਜਦੋਂ ਨਾਮ ਜਪੀਏ ਨਾ, ਨਾਮ ਜਪੋ ਗੁਣ ਤਾਸ। ਗੁਣ ਤਾਸ ਕੀ ਹੁੰਦਾ? ਗੁਣਾਂ ਦਾ ਸਮੁੰਦਰ, ਗੁਣਾਂ ਦਾ ਖਜ਼ਾਨਾ, ਔਗੁਣ ਦੂਰ ਹੋ ਜਾਂਦੇ ਨੇ। ਨਾਮ ਜਪੀਏ ਗੁਰਮੁਖੋ, ਇੱਕ ਨਹੀਂ ਦੋ ਨਹੀਂ, ਪਾਤਸ਼ਾਹ ਕਹਿੰਦੇ ਬੰਦਾ ਗੁਣਾਂ ਅਤੇ ਨੇਕੀਆਂ ਦਾ ਖਜ਼ਾਨਾ ਹੀ ਹੋ ਜਾਂਦਾ ਹੈ। ਜੇ ਤੂੰ ਨੇਕ ਹੁਣ ਤਾਂ ਬੁਰਾਈਆਂ ਦਾ ਖਜ਼ਾਨਾ ਹੋ ਜਾ ਪੈਣ, ਜਿੰਨੀਆਂ ਬੁਰਾਈਆਂ ਨੇ ਸਾਰੀਆਂ ਤੇਰੇ 'ਚ ਨਹੀਂ ਬੰਦਿਆ, ਟੁੱਟਿਆ ਹੋਇਆ, ਜੁੜ ਗਿਆ ਫਿਰ ਨੇਕੀਆਂ ਦਾ ਖਜ਼ਾਨਾ ਬਣੇਗਾ, ਚੰਗਿਆਈਆਂ ਦਾ ਖਜ਼ਾਨਾ ਬਣੇਗਾ। ਨਾਨਕ ਨਾਮ ਜਪੋ ਗੁਣ ਤਾਸ, ਨਾਮ ਜਪੀਏ ਨੇਕੀਆਂ ਅਤੇ ਚੰਗਿਆਈਆਂ ਦਾ ਖਜ਼ਾਨਾ ਹੋ ਜਾਈਦਾ ਹੈ। ਭੁੱਲਾ ਚੁੱਕਾਂ ਦੀ ਖੇਵਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।